ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪ੍ਰਜਾ ਭਾਵੇਂ ਤਰਸਦੀ ਰਹੇ ਪਰ ਰਾਜਾ ਤਾਂ ਰਾਜਾ ਹੀ ਹੁੰਦਾ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਦਰਅਸਲ ਪੰਜਾਬ ਦੇ CM ਕੈਪਟਨ ਸਾਹਿਬ ਕੱਲ੍ਹ ਸੰਗਰੂਰ ਦੇ ਵਿੱਚ ਇੱਕ ਹਸਪਤਾਲ ਦਾ ਉਦਘਾਟਨ ਕਰਨ ਆ ਰਹੇ ਨੇ ਅਤੇ ਇਸ ਮੌਕੇ 'ਤੇ ਜੋ ਸੜਕ ਸੀ ਉਸਦੀ ਹਾਲਤ ਬੜੀ ਖਰਾਬ ਸੀ। ਇਸ ਦੇ ਚੱਲਦਿਆਂ ਅਫਸਰ ਸ਼ਾਹੀ ਨੇ ਇੱਕ ਫੈਸਲਾ ਲਿੱਤਾ, ਰਾਤੋ ਰਾਤ ਸੜਕ ਬਣਾਉਣ ਦਾ ਫੈਸਲਾ। ਯਾਨੀ ਕਿ ਕੈਪਟਨ ਸਾਹਿਬ ਨੂੰ ਕੋਈ ਝਟਕਾ ਨਾ ਲੱਗੇ, ਇਸ ਕਰਕੇ 20 ਲੱਖ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ। ਸੰਗਰੂਰ ਦੇ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਦੇ ਵਿੱਚ ਆਧੁਨਿਕ ਸੇਵਾਵਾਂ ਦਾ ਉਦਘਾਟਨ ਕਰਨ ਵਾਸਤੇ ਪੰਜਾਬ ਦੇ CM ਕੈਪਟਨ ਸਾਹਿਬ ਆ ਰਹੇ ਨੇ। ਇਸ ਦੇ ਚੱਲਦਿਆਂ ਅੱਧੀ ਰਾਤ ਨੂੰ ਵੀ ਕੰਮ ਜਾਰੀ ਹੈ। ਅੱਜ ਦਿਨੇ ਇਹ ਕੰਮ ਸ਼ੁਰੂ ਕੀਤਾ ਗਿਆ। ਸੜਕ ਬਣਾਈ ਜਾ ਰਹੀ ਹੈ, ਨਵੀਂ ਸੜਕ। ਜਲਦਬਾਜ਼ੀ 'ਚ ਸੜਕ ਬਣਾਉਣੀ ਸੀ, ਇਸ ਲਈ ਇੰਟਰਲੋਕਿੰਗ ਟੈਲਾਂ ਦਾ ਇੰਤਜ਼ਾਮ ਕੀਤਾ ਗਿਆ। ਇਸ ਸੜਕ ਨੂੰ ਬਣਾਉਣ ਦਾ ਕੰਮ ਦਿਨੇ ਦਿਨੇ ਨਹੀਂ ਮੁੱਕਿਆ। ਇਸ ਦੇ ਚੱਲਦਿਆਂ ਰਾਤ ਭਰ ਅਫਸਰ ਸ਼ਾਹੀ ਵੀ ਉੱਥੇ ਮੌਜੂਦ ਰਹੀ। ਦਿਨ ਦੇ ਨਾਲ ਨਾਲ ਰਾਤ ਨੂੰ ਵੀ ਕੰਮ ਚੱਲਦਾ ਰਿਹਾ, ਕਿਉਂਕਿ ਸਵੇਰੇ ਕੈਪਟਨ ਸਾਹਿਬ ਨੇ ਆਉਣਾ ਅਤੇ ਜੇ ਪੰਜਾਬ ਦਾ ਰਾਜਾ ਆਵੇ ਤਾਂ ਉਹਨੂੰ ਝਟਕੇ ਕਿਉਂ ਲੱਗਣ। ਇਹੀ ਵਜ੍ਹਾ ਹੈ ਕਿ 20 ਲੱਖ ਰੁਪਏ ਦਾ ਖਰਚਾ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਰਾਤੋ ਰਾਤ ਕੰਮ ਜਾਰੀ ਹੈ। ਪਰ ਕਹਿੰਦੇ ਨੇ ਦੇਰ ਆਏ ਦਰੁਸਤ ਆਏ। ਭਾਵੇਂ ਕੈਪਟਨ ਸਾਹਿਬ ਆ ਰਹੇ ਨੇ, ਪਰ ਘੱਟੋ ਘੱਟ ਇੱਥੋਂ ਦੇ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਆਖਰਕਾਰ ਲੰਬੇ ਸਮੇਂ ਤੋਂ ਟੁੱਟੀ ਸੜਕ ਨੂੰ ਰਾਤੋ ਰਾਤ ਬਣਾਇਆ ਜਾ ਰਿਹਾ, ਕਿਉਂਕਿ ਇਸ ਦਾ ਫਾਇਦਾ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਆਮ ਲੋਕ ਵੀ ਚੱਕ ਸਕਣਗੇ, ਕਿਉਂਕਿ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸੰਗਰੂਰ ਤੋਂ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ।